صاحب کا کیا حال ہے؟ ہر طرح سے خیریت ہے. آج ہم نہر کی طرف آئے ہیں اور بیک سائڈ پہ آپ کو نظر آ رہی ہو واٹر وے, آپ کو بیک سائڈ پہ نظر آ رہی ہو سیال کوٹ ٹو لاہور. ਇਨਸ਼ਾਅੱਲਾ ਇੱਕ ਸੱਚਾ ਵਾਕਿਆ ਸੁਣਾਉਂਦੇ ਹਾਂ ਜਿਹੜਾ ਉਹਨਾਂ ਦੀ ਜ਼ੁਬਾਨੀ ਸੁਣਿਆ. ਇੱਥੇ ਜਾਮਿਆ ਮਾਜਿਆ ਮੁਹੰਮਦੀ ਹੈ ਜਨਾਹ ਸਟੇਡੀਅਮ ਸਿਆਲਕੋਟ. ਉਹਨਾਂ ਦੇ ਬਾਨੀ ਨੇ ਮੀਆਂ ਨਜ਼ੀਰ ਸਾਹਿਬ ਉਹਨਾਂ ਦੀ ਜ਼ੁਬਾਨੀ ਸੁਣਿਆ ਸੀ. ਉਹ ਕਹਿ ਰਹੇ ਸਨ ਮੈਂ ਸਾਰੀ ਆਪਣੀ ਜ਼ਿੰਦਗੀ ਆਪਣੀ ਲਾਈਫ ਵਿੱਚ ਇੱਕ ਹਰਾਮ ਦਾ ਰੁਪਿਆ ਆਪਣੇ ਘਰ ਨਹੀਂ ਖੜਿਆ ਅਤੇ ਮੇਰੇ ਘਰ ਚੋਰੀ ਹੋ ਗਈ. ਮੈਂ ਬੜਾ ਪਰੇਸ਼ਾਨ ਹੋਇਆ ਬੜਾ ਪਰੇਸ਼ਾਨ ਹੋਇਆ. ਦੋ ਦਿਨ ਇੱਕ ਦਿਨ ਗੁਜ਼ਰਿਆ ਦੋ ਦਿਨ ਗੁਜ਼ਰ ਕੇ ਅਚਾਨਕ ਇੱਕ ਦਿਨ ਸੁਬਹ ਦਰਵਾਜ਼ਾ ਖਟਖਟਾਇਆ ਗਿਆ. ਮੈਂ ਬਾਹਰ ਗਿਆ ਮੈਂ ਕਿਹਾ ਸਾਵਾਂ ਲਖ ਲਈ ਮੈਂ ਕਿਹਾ ਹਾਂਜੀ ਕੀ ਹਾਲ ਹੈ ਠੀਕ ਹੋ? ਹਾਂਜੀ ਹੁਕਮ ਆਂਦੇ ਮੀਆਂ ਸਾਹਿਬ ਅਸੀਂ ਤੁਹਾਡੇ ਚੋਰ ਹਾਂ ਅਤੇ ਦੋ ਦਿਨ ਹੋ ਗਿਆ ਸਾਨੂੰ ਚੋਰੀ ਕੀਤੇ ਆ ਅਤੇ ਸਾਨੂੰ ਦੋ ਦਿਨ ਰਾਤ ਨੀਂਦ ਨਹੀਂ ਆਈ ਅਤੇ ਅਸੀਂ ਤੁਹਾਡਾ ਮਾਲ ਤੁਹਾਨੂੰ ਵਾਪਸ ਕਰਨ ਵਾਸਤੇ ਆਏ ਹਾਂ. ਮੀਆਂ ਸਾਹਿਬ ਨੇ ਆਖਿਆ ਚਲੋ ਆਇਓ ਅੰਦਰ. ਬਿਠਾਇਆ ਪਾਣੀ ਛਾਣੀ ਪਿਲਾਇਆ ਉਹਨਾਂ ਨੂੰ ਖਾਣਾ ਖਿਲਾਇਆ ਖਾਣਾ ਖਿਲਾ ਕੇ ਚਾਹ ਪਿਲਾਈ ਚਾਹ ਪਿਲਾ ਕੇ ਫਿਰ ਦੱਸਿਆ ਫਿਰ ਉਹਨਾਂ ਨੂੰ ਕਿਹਾ ਦੱਸੋ ਹੁਣ ਕੀ ਚਾਹੁੰਦੇ ਹੋ ਕੀ ਗੱਲ ਸੁਣਾਓ ਆਪਣੀ. ਉਹਨਾਂ ਆਖਿਆ ਜੀ ਹਾਂ ਤੁਹਾਡੀ ਆ ਚੋਰੀ ਕੀਤੀ ਸੀ ਤਾਂ ਅਸੀਂ ਮਾਫ਼ ਚਾਹੁੰਦੇ ਹਾਂ ਸਾਡੇ ਕੋਲ ਗਲਤੀ ਹੋ ਗਈ ਤਾਂ ਅਸੀਂ ਤੁਹਾਡਾ ਮਾਲ ਵਾਪਸ ਕਰਨ ਆਏ ਹਾਂ. ਉਹਨਾਂ ਆਖਿਆ ਜੇ ਗਲਤੀ ਹੋ ਗਈ ਤਾਂ ਕੋਈ ਗੱਲ ਨਹੀਂ ਅਤੇ ਮੈਂ ਸਿਰਫ ਤੁਹਾਡੇ ਕੋਲ ਦੋ ਵਾਅਦੇ ਲੈਣੇ ਨੇ. ਇੱਕ ਤੁਸੀਂ ਪੰਜ ਵਕਤ ਦੀ ਨਮਾਜ਼ ਪੜ੍ਹਨੀ ਹੈ ਰੈਗੂਲਰ ਅਤੇ ਇੱਕ ਝੂਠ ਨਹੀਂ ਬੋਲਣਾ. ਪੰਜ ਵਕਤ ਦੀ ਨਮਾਜ਼ ਪੜ੍ਹਨੀ ਹੈ ਅਤੇ ਝੂਠ ਨਹੀਂ ਬੋਲਣਾ. ਉਹਨੇ ਆਖਿਆ ਠੀਕ ਇਨਸ਼ਾਅੱਲਾ ਇਸ ਤਰ੍ਹਾਂ ਹੀ ਹੋਏਗਾ ਜਿਸ ਤੁਹਾਨੂੰ ਕਿਹਾ ਹੋਵੇ. ਤੋ ਉਸ ਤੋਂ ਬਾਅਦ ਉਹਨੇ ਆਖਿਆ ਆ ਜਿਹੜਾ ਮਾਲ ਜਿਹੜਾ ਚੋਰੀ ਕੀਤਾ ਜੇ ਇਹਦੇ ਤਿੰਨ ਹਿੱਸਿਆਂ 'ਚ ਤਕਸੀਮ ਕਰ ਦੇਣ. ਉਹਨਾਂ ਤਿੰਨ ਢੇਰੀਆਂ ਬਣਾਈਆਂ ਤਿੰਨ ਢੇਰੀਆਂ ਬਣਾ ਕੇ ਅਤੇ
ਉਹਨਾਂ ਰੱਖ ਲੱਗੇ ਤਿੰਨ ਢੇਰੀਆਂ, ਤੁਸੀਂ ਆਪਣੀਆਂ ਲੈ ਲਵੋ, ਇੱਕ ਇੱਕ ਢੇਰੀ ਚੁੱਕ ਲਵੋ। ਕਹਿੰਦੇ ਨੇ ਇਹ ਕਿਉਂ? ਕਹਿੰਦੇ ਨਹੀਂ, ਤੁਹਾਡਾ ਮਾਲ ਹੈ, ਤੁਹਾਨੂੰ ਹੀ ਦੇਣਾ ਮੈਂ, ਤੁਸੀਂ ਲੈ ਜਾਓ, ਤੁਹਾਡੀ ਕਿਸਮਤ ਲਿਖਿਆ, ਮੈਂ ਇਹਨੂੰ ਘਰ ਨਹੀਂ ਰੱਖਣਾ, ਇਹ ਤੁਹਾਡਾ ਹੀ ਹੈ, ਇਹਨੂੰ ਲੈ ਜਾਓ। ਉਹ ਤਿੰਨ ਢੇਰੀਆਂ ਕੀਤੀਆਂ, ਉਹਨਾਂ ਮਾਲ ਲਿਆ ਅਤੇ ਬਾਅਦ ਦੇ ਵਿੱਚ ਉਹਨਾਂ ਆਖਿਆ ਅੱਜ ਤੋਂ ਬਾਅਦ ਤੁਸੀਂ ਆਪਣੇ ਬੱਚੇ ਦੀ ਸ਼ਾਦੀ ਕਰੋ, ਬੱਚੀ ਦੀ ਕਰੋ, ਅਤੇ ਮੇਰੀ ਜ਼ਰੂਰਤ ਪੇਸ਼ ਆਈ ਨਾ ਤਾਂ ਇਨਸ਼ਾਅੱਲਾ ਤਾਲਾ ਮੈਂ ਤੁਹਾਡੇ ਵਾਸਤੇ ਫਿਰ ਵੀ ਹਾਜ਼ਰ। ਇੱਥੋਂ ਸਾਬਤ ਹੁੰਦਾ ਦੇਖੋ ਹਲਾਲ ਦੀ ਰੋਜ਼ੀ 'ਚ ਕਿੰਨੀ ਬਰਕਤ ਹੈ। ਉਹ ਚੋਰਾਂ ਨੂੰ ਰਾਤ ਨੀਂਦ ਨਹੀਂ ਦੋ ਦਿਨ ਆਈ, ਉਹ ਫਿਰ ਵਾਪਸ ਆਏ ਨੇ ਉਹਨਾਂ ਦੇ ਕੋਲ, ਮੀਆਂ ਸਾਹਿਬ ਦੇ ਕੋਲ। ਕਹਿੰਦਾ ਬਰਕਤ ਨਾ ਹਲਾਲ ਦੀ ਰੋਜ਼ੀ ਦੀ ਬਰਕਤ ਹੈ, ਅਤੇ ਹਰ ਬੰਦੇ ਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿਸੇ ਨਾਲ ਫਰਾਡ ਨਾ ਕਰੀਏ, ਧੋਖਾ ਨਾ ਕਰੀਏ। ਅਤੇ ਵੇਖੋ ਹਲਾਲ ਦੀ ਰੋਜ਼ੀ 'ਚ ਕਿੰਨੀ ਬਰਕਤ ਆਈ, ਉਹਦਾ ਮਾਲ ਘਰ ਉਹਨਾਂ ਦਾ ਵਾਪਸ ਆ ਗਿਆ। ਇਹਦਾ ਨਾ ਇਨਸਾਨੀਅਤ, ਉਹਨਾਂ ਕੋਈ ਇੰਤਕਾਮੀ ਕਾਰਵਾਈ ਨਹੀਂ ਕੀਤੀ ਉਹਨਾਂ ਨਾਲ, ਨਾ ਉਹਨਾਂ ਪੁਲਿਸ ਨੂੰ ਬੁਲਾਇਆ ਵੇ ਇਹਨਾਂ ਨੂੰ ਫੜਾ ਗਿਆ ਥੋੜ੍ਹਾ ਜਿਹਾ ਇਹਨਾਂ ਦੀ ਇਹਨਾਂ ਨੂੰ ਕਟਾਈਏ, ਨਹੀਂ ਕੋਈ ਕੰਮ ਨਹੀਂ ਕੀਤਾ। ਉਹਨਾਂ ਆਖਿਆ ਜਾਓ ਤੁਹਾਨੂੰ ਮਾਫ਼ ਕੀਤਾ ਅਤੇ ਆਇੰਦਾ ਇਹ ਕੰਮ ਛੱਡ ਦਿਓ, ਕੰਮ ਨਹੀਂ ਕਰਨਾ, ਚੋਰੀ ਵੀ ਨਹੀਂ ਕਰਨੀ, ਪੰਜਵਾਂ ਕਦੇ ਨਮਾਜ਼ ਪੜ੍ਹਨੀ ਹੈ, ਉਸ ਤੋਂ ਬਾਅਦ ਤੁਸੀਂ ਝੂਠ ਨਹੀਂ ਬੋਲਣਾ, ਅਤੇ ਇਨਸ਼ਾਅੱਲਾ ਤਾਲਾ ਤੁਹਾਨੂੰ ਜ਼ਰੂਰਤ ਪਈ ਮੇਰੀ ਫਿਰ ਕਿਤੇ ਸ਼ਾਦੀ ਸ਼ੁਦੀ ਅਤੇ ਬੱਚੀ ਜੇ ਇਨਸ਼ਾਅੱਲਾ ਮੈਂ ਤੁਹਾਡੇ ਵਾਸਤੇ ਫਿਰ ਆ ਜਾਣਾ। ਅਤੇ ਉਹ ਆਪਣਾ ਉੱਥੋਂ ਉਹਨਾਂ ਨੂੰ ਉਹਨਾਂ ਅਲਵਿਦਾ ਕੀਤਾ ਅਤੇ ਉਹਨਾਂ ਅੱਲਾ ਹਫਜ਼ ਕਿਹਾ, ਉਹਨਾਂ ਆਖਿਆ ਇਨਸ਼ਾਅੱਲਾ। ਅਤੇ ਫਿਰ ਉਸ ਤੋਂ ਬਾਅਦ ਉਹ ਹੀ ਤਿੰਨ ਬੰਦੇ ਜਿਹਨੇ ਨੇ ਉਹ ਮਾਸ਼ਮ ਮੰਮਦੀ ਦੇ ਵਿੱਚ ਪੰਜ ਵਕਤ ਦੇ ਨਮਾਜ਼ੀ ਬਣ ਗਏ ਸਨ। ਜਦੋਂ ਉਹਨੇ ਇੱਧਰ ਆਉਣਾ ਉੱਥੇ ਨਮਾਜ਼ ਪੜ੍ਹਨੀ, ਜਦੋਂ ਆਪਣੇ ਕਰੀਬ ਹੋਣਾ ਫਿਰ ਆਪਣੀ ਮਾਸ਼ਮ ਨਮਾਜ਼ ਦਾਖਲ ਨਹੀਂ ਕਰੋ, ਪੰਜ ਵਕਤ ਦੇ ਨਮਾਜ਼ੀ ਹੋ ਗਏ ਸਨ। ਮੈਂ ਉਹਨਾਂ ਨੂੰ ਇਹ ਸਬਕ ਮਿਲਿਆ ਸੀ ਫਿਰ, ਅਤੇ ਵੇਖੋ ਕੈਸੀ ਅੱਲਾ ਦੀ ਬਰਕਤ, ਉਹਨਾਂ ਦੀ ਵੀ ਕਾਇਆ ਪਲਟ ਗਈ ਅਤੇ ਉਸ ਤੋਂ ਬਾਅਦ ਉਹ ਚੋਰੀ ਵੀ ਛੱਡ ਗਏ ਅਤੇ ਉਸ ਤੋਂ ਬਾਅਦ ਉਹ ਪੰਜ ਵਕਤ ਦੇ ਨਮਾਜ਼ੀ ਵੀ ਹੋ ਗਏ। ਅੱਲਾਹ ਤਾਲਾ ਨੇ ਉਹਨਾਂ ਦੀ ਤਕਦੀਰ ਬਦਲ ਦਿੱਤੀ ਅਤੇ ਉਹ ਸਹੀ ਮਾਨੇ 'ਚ ਮੁਸਲਮਾਨ ਹੋ ਗਏ। ਇਹ ਮੀਆਂ ਸਾਹਿਬ ਦੇ ਮੂੰਹ ਵਾਕਿਆ ਸੁਣਿਆ ਤਾਂ ਆਹ ਆਖਿਆ ਬੜਾ ਹੈਰਾਨਕੁਨ ਗੱਲ, ਜੇ ਚੋਰ ਵਾਪਸ ਆ ਗਏ ਨੇ। ਅਤੇ ਇਨਸ਼ਾਅੱਲਾ ਸਾਨੂੰ ਸਭ ਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ, ਸੁਣਾਉਣ ਵਾਲਿਆਂ ਨੂੰ ਵੀ, ਸੁਣਨ ਵਾਲਿਆਂ ਨੂੰ ਵੀ, ਅੱਲਾਹ ਤਾਲਾ ਸਾਨੂੰ ਹੱਕ ਹਲਾਲ ਦੀ ਰੋਜ਼ੀ ਕਮਾਉਣ ਦੀ ਤੋਫੀਕ ਅਤਾ ਫਰਮਾਏ, ਤਾਂ ਕਿ ਅੱਲਾਹ ਦੀ ਤਰਫੋਂ ਕੋਈ ਬਰਕਤ ਨਾਜ਼ਲ ਹੋ ਜਾਏ ਅਤੇ ਅੱਲਾਹ ਤਾਲਾ ਹਰ ਬੰਦੇ ਦੇ ਹਾਲਾਤ ਬਦਲ ਦੇਗਾ ਇਨਸ਼ਾਅੱਲਾ। ਜੇ ਅਸੀਂ ਹੱਕ ਸਾਈਡ 'ਤੇ ਰਹਿ ਕੇ ਕਮਾਈ ਕਰਾਂਗੇ ਤਾਂ ਅੱਲਾਹ ਤਾਲਾ ਕਾਰੋਬਾਰ 'ਚ ਬਰਕਤ ਪਾਏਗਾ। ਅਤੇ ਅੱਜ ਦਾ ਕੋਸ਼ਿਸ਼ ਕਰਨੀ ਆ ਹਰ ਬੰਦਾ ਹੀ ਹੱਕ ਹਲਾਲ ਦੀ ਕਮਾਏ ਅਤੇ ਉਹਦੇ 'ਚ ਬਰਕਤ ਹੋਏਗੀ ਅਤੇ ਇਨਸ਼ਾਅੱਲਾ ਤਾਲਾ ਖੁਸ਼ਹਾਲੀ ਪੈਦਾ ਹੋਏਗੀ, ਅਸੀਂ ਵੀ ਖੁਸ਼ਹਾਲ ਹੋਵਾਂਗੇ, ਬੱਚੇ ਖੁਸ਼ਹਾਲ ਹੋਣਗੇ। ਅੱਲਾਹ ਤਾਲਾ ਤੁਹਾਨੂੰ ਵੀ ਸਾਨੂੰ ਵੀ ਤੋਫੀਕ ਦੇ ਹੱਕ ਹਲਾਲ ਦੀ ਕਮਾਈ ਕਰਨ 'ਤੇ। ਅੱਲਾਹ ਹਾਮੀ ਨਾਸਰ ਤੁਹਾਡਾ ਔਰ ਮੇਰਾ। ਅੱਲਾਹ ਹਾਫਿਜ਼।